ਕਿਉਂਕਿ ਮੈਂ ਤੁਹਾਨੂੰ ਮਨਾ ਕੀਤਾ ਸੀ ਕਿ ਇਹ ਫਲ ਜੋ ਤੁਸੀਂ ਨਹੀਂ ਖਾ ਸਕਦੇ ਪਰ ਤੁਸੀਂ ਇਸ ਫਲ ਨੂੰ ਖਾ ਕੇ ਪਾਪ ਕੀਤਾ ਜਦ ਫਲ ਖਾਦਾ ਪਾਪ ਇੰਟਰ ਕੀਤਾ ਪਾਪ ਇੰਟਰ ਕਰਨ ਤੋਂ ਬਾਅਦ ਮੌਤ ਇੰਟਰ ਹੋਈ ਹallelujah ਹallelujah ਪਹਿਲਾਂ ਜਦ ਪਰਮੇਸ਼ਰ ਨੇ ਆਦਮ ਨੂੰ ਬਣਾਇਆ ਸੀ ਕੋਈ ਦੁੱਖ ਕੋਈ ਬਿਮਾਰੀ ਕੋਈ ਰੋਗ ਕੋਈ ਮੌਤ ਕੋਈ ਕੁਝ ਨਹੀਂ ਸੀ ਪਰ ਜਦ ਆਦਮ ਨੇ ਔਰ ਹਵਾ ਨੇ ਉਹ ਫਲ ਖਾਦਾ ਪਾਪ ਕੀਤਾ ਤੇ ਬਾਈਬਲ ਦੱਸਦੀ ਆ ਕਿ ਉਹ ਸਾਰੇ ਸ਼ਰਾਪ ਜਿਹੜੇ ਪਰਮੇਸ਼ਰ ਨੇ ਨਹੀਂ ਬਣਾਏ ਸੀ ਉਹ ਸ਼ੈਤਾਨ ਦੇ ਵਜ੍ਹਾ ਦੇ ਕਰਕੇ ਉਹ ਸਾਰੇ ਪਾਪ انسان ਦੀ ਜ਼ਿੰਦਗੀ ਵਿੱਚ ਇੰਟਰ ਕੀਤੇ ਹallelujah ਹallelujah ਬਾਈਬਲ ਦੱਸਦੀ ਆ ਕਿ ਪਰਮੇਸ਼ਰ ਨੇ ਸਾਨੂੰ ਚੁਣਿਆ ਸੀ ਆਪਣੀ ਮਹਿਮਾ ਦੇ ਲਈ ਪਰਮੇਸ਼ਰ ਨੇ ਚੁਣਿਆ ਸੀ ਆਪਣੇ ਨਾਲ ਸੰਤਿ ਰੱਖਣ ਦੇ ਲਈ ਆਪਣੇ ਨਾਲ ਮੇਲ ਮਲਾਪ ਕਰਨ ਦੇ ਲਈ ਪਰ ਅੱਜ ਅਸੀਂ ਆਪੋ ਆਪਣੇ ਰਾਹ ਲੈ ਕੇ ਅਸੀਂ ਉਸ ਪਰਮੇਸ਼ਵਰ ਨੂੰ ਜਿਨੇ ਸਾਨੂੰ ਉਤਪਤ ਕੀਤਾ ਬਣਾਇਆ ਅੱਜ ਅਸੀਂ ਉਹਨੂੰ ਕੀ ਕੀਤਾ ਉਹਨੂੰ ਪਿੱਛੇ ਛੱਡ ਦਿੱਤਾ ਉਹਨੂੰ ਤੁੱਛ ਜਾਣਿਆ ਹallelujah ਅੱਜ ਉਸ ਪਰਮੇਸ਼ਰ ਨੂੰ ਅਸੀਂ ਕੀ ਕੀਤਾ ਤੁੱਛ ਜਾਣਿਆ ਜਿਸ ਪਰਮੇਸ਼ਰ ਨੇ ਤੁਹਾਨੂੰ ਬਣਾਇਆ ਸੀ ਕਿ ਮੇਰੇ ਨਾਲ ਗੱਲਬਾਤ ਕਰੇ ਮੇਰੇ ਨਾਲ ਟਾਈਮ ਸਪੈਂਡ ਕਰੇ ਮੈਨੂੰ ਆਪਣਾ ਦੁੱਖ ਦੱਸੇ ਤਾਂ ਕਿ ਮੈਂ ਹਰ ਉਹ ਚੀਜ਼ ਹਰ ਉਹ ਆਸ਼ੀਸ਼ ਜੋ ਮੈਂ ਇਹਨਾਂ ਨੂੰ ਦੇਣੀ ਚਾਹੁੰਦਾ ਮੈਂ ਇਹਨਾਂ ਨੂੰ ਦੇ ਸਕਾਂ ਪਰ ਲਿਖਿਆ ਕਿ ਜਦ ਹਵਾ ਨੇ ਪਾਪ ਕੀਤਾ ਆਦਮ ਨੇ ਪਾਪ ਕੀਤਾ ਤੇ ਪਰਮੇਸ਼ਰ ਨੇ ਉਹਨਾਂ ਨੂੰ ਸ਼ਰਾਪਿਤ ਕੀਤਾ ਹਾਲੇਲੂਇਆ ਅੱਜ ਉਹ ਸ਼ਰਾਪ ਤੁਹਾਡੀ ਜ਼ਿੰਦਗੀਆਂ 'ਚ ਕੰਮ ਕਰਦੇ ਪਏ ਨੇ ਪਤਾ ਕਿਉਂ ਕਿ ਸਾਡਾ ਸਾਡਾ ਟਾਈਮ ਪਰਮੇਸ਼ਰ ਦੇ ਨਾਲ ਨਹੀਂ ਹੈ ਸਾਡਾ ਮਿਲ ਮਲਾਪ ਪਰਮੇਸ਼ਰ ਦੇ ਨਾਲ ਨਹੀਂ ਹੈ ਸਾਡੀ ਸ਼ਾਂਤੀ ਪਰਮੇਸ਼ਰ ਦੇ ਨਾਲ ਨਹੀਂ ਹੈ ਪਰਮੇਸ਼ਰ ਨਹੀਂ ਚਾਹੁੰਦਾ ਕਿ ਕੋਈ ਵੀ ਨਾਸ਼ ਹੋਵੇ ਪਰ ਸਾਡਿਆਂ ਕੰਮਾਂ ਦੇ ਕਰਕੇ ਪਰਮੇਸ਼ਰ ਨੂੰ ਗ੍ਰੋਥ ਦੇ ਵਿੱਚ ਆਉਣਾ ਪੈਂਦਾ ਪਰਮੇਸ਼ਰ ਇੱਕ ਵੀ ਜਾਨ ਨੂੰ ਦੁੱਖ ਦੇ ਕੇ ਖੁਸ਼ ਨਹੀਂ ਹੈ ਸਾਡੀਆਂ ਕਮੀਆਂ ਦੇ ਕਰਕੇ ਸਾਡੇ ਕਾਰਨਾ ਦੇ ਕਰਕੇ ਪਰਮੇਸ਼ਰ ਕਈ ਵਾਰੀ ਸਾਡੇ ਤੋਂ ਪਿੱਛੇ ਹੋ ਜਾਂਦੇ ਨੇ ਆਪਣੇ ਹੱਥ ਨੂੰ ਪਿੱਛੇ ਖਿੱਚਦੇ ਨੇ ਹਾਲੇਲੂਇਆ ਅੱਜ ਤੁਸੀਂ ਦੇਖਦੇ ਹੋ ਬਹੁਤ ਸਾਰਾ ਨਸ਼ਾ ਬਹੁਤ ਸਾਰਾ ਪਾਪ ਬਹੁਤ ਸਾਰਾ ਵੇਪੀਚਾਰ ਬਹੁਤ ਸਾਰੇ ਪਾਪ ਜੋ ਇਨਸਾਨ ਕਰਦਾ ਪਿਆ ਬਹੁਤ ਸਾਰੀਆਂ ਪਰਮੇਸ਼ਰ ਦੇ ਅੱਗੇ ਜੋ ਅਸੀਂ ਆਪਣੀਆਂ ਗਲਤੀਆਂ ਨੂੰ ਨਹੀਂ ਮੰਨਦੇ ਹਰ ਦਿਨ ਕਰਦੇ ਆਂ ਅਸੀਂ ਝੂਠ ਬੋਲਦੇ ਆ ਤੋਬਾ ਅੱਜ ਤੱਕ ਅਸੀਂ ਤੋਬਾ ਆਪਣੇ ਮੂੰਹ ਤੋਂ ਨਹੀਂ ਕੀਤੀ ਹallelujah ਅਸੀਂ ਕਦੇ ਵੀ ਅੱਜ ਤੱਕ ਆਪਣੇ ਮੂੰਹ ਤੋਂ ਤੋਬਾ ਨਹੀਂ ਕੀਤੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਝੂਠ ਝੂਠ ਧੱਗੀ ਚੋਰੀ ਫਰੇਬ ਹਰ ਤਰ੍ਹਾਂ ਦਾ ਪਾਪ ਅਸੀਂ ਕਰਦੇ ਆ ਹallelujah ਪਾਪ ਦੇ ਕਰਕੇ ਪਰਮੇਸ਼ਰ ਦੇ ਨਾਲੋਂ ਅਸੀਂ ਆਪਣਾ ਰਿਸ਼ਤਾ ਤੋੜ ਲਿਆ ਪਾਪ ਦੇ ਕਰਕੇ ਪਰਮੇਸ਼ਰ ਤੋਂ ਅਸੀਂ ਦੂਰ ਹੋ ਗਏ ਜਦ ਅਸੀਂ ਪਰਮੇਸ਼ਰ ਤੋਂ ਦੂਰ ਹੋਏ ਸ਼ੈਤਾਨ ਨੇ ਐਂਟਰੀ ਕੀਤੀ ਔਰ ਸਾਰੇ ਦੁੱਖ ਸਾਰੀਆਂ ਬਿਮਾਰੀਆਂ ਸਾਰੇ ਸ਼ਰਾਬ ਸਾਡੀ ਜ਼ਿੰਦਗੀ ਦੇ ਵਿੱਚ ਇੰਟਰ ਹੋ ਗਏ ਹallelujah ਜਦ ਤੱਕ ਅਸੀਂ ਪਰਮੇਸ਼ਰ ਦੇ ਨਾਲ ਮਿਲਮਲਾਪ ਨਹੀਂ ਕਰਦੇ ਜਦ ਤੱਕ ਅਸੀਂ ਪਰਮੇਸ਼ਰ ਦੇ ਨਾਲ ਸੰਗਤੀ ਨਹੀਂ ਰੱਖਦੇ ਪਰਮੇਸ਼ਰ ਨੂੰ ਖੁਸ਼ ਨਹੀਂ ਕਰਦੇ ਅਸੀਂ ਸੰਸਾਰ ਦੀ ਕਿਸੇ ਵੀ ਚੀਜ਼ ਨੂੰ ਨਹੀਂ ਲੈ ਸਕਦੇ ਵਚਨ ਦੇ ਵਿੱਚ ਲਿਖਿਆ ਕਿ ਮੇਰੇ ਧਰਮ ਰਾਜ ਦੀ ਖੋਜ ਕਰ ਦੁਨੀਆ ਦੀਆਂ ਸਾਰੀਆਂ ਵਸਤੂਆਂ ਤੇਰੇ ਪਿੱਛੇ ਪਾ ਕੇ ਤੈਨੂੰ ਮਿਲਣਗੀਆਂ ਪਰਾਸੀ ਸੰਸਾਰ ਦੇ ਪਿੱਛੇ ਲੱਗੇ ਆ ਅਸੀਂ ਉਹਨਾਂ ਵਸਤੂਆਂ ਦੇ ਪਿੱਛੇ ਲੱਗੇ ਆ ਪਰਮੇਸ਼ਰ ਦੇ ਨਾਲ ਕੋਈ ਸਬੰਧ ਨਹੀਂ ਪਰਮੇਸ਼ਰ ਨੇ ਕਿਹਾ ਜੇ ਤੂੰ ਮੇਰੇ ਪਿੱਛੇ ਆਏਂਗਾ ਸਾਰੇ ਸੁੱਖ ਤੇਰੇ ਪਿੱਛੇ ਹੋਣਗੇ ਜੇ ਤੂੰ ਸੁੱਖਾਂ ਦੇ ਪਿੱਛੇ ਦੌੜੇਂਗਾ ਤੇ ਤੂੰ ਸਾਰੀ ਉਮਰ ਇਹਨਾਂ ਸੁੱਖਾਂ ਦੇ ਪਿੱਛੇ ਦੌੜਦਾ ਰਹੇਂਗਾ ਇਹ ਸੁੱਖ ਤੇਰੇ ਕੋਲ ਨਹੀਂ ਆਉਣਗੇ ਹਾਲੇਲੂਇਆ ਪਰਮੇਸ਼ਰ ਨਹੀਂ ਚਾਹੁੰਦਾ ਕਿ ਤਾ ਦੁਨ ਮੈਂ ਦੁਖੀ ਰੱਖਾਂ ਤਨੂ ਬਿਮਾਰ ਰੱਖਾਂ ਅਸੀਂ ਆਪਣੀਆਂ ਗਲਤੀਆਂ ਦੇ ਕਰਕੇ ਆਪਣੇ ਪਾਪਾਂ ਦੇ ਕਰਕੇ ਅਸੀਂ ਪਰਮੇਸ਼ਰ ਤੋਂ ਦੂਰ ਹ ਹਾਲੇਲੂਇਆ ਵਚਨਾਂ ਚ ਲਿਖਿਆ ਸ਼ਾਮੂਲ 15 ਉਹਦੀ 2 ਆਇਤੀ ਚ ਲਿਖਿਆ ਕਿ ਪਰਮੇਸ਼ਰ ਨੇ ਸ਼ਾਮ ਸ਼ਾਉਲ ਨੂੰ ਮਸਾ ਕੀਤਾ ਰਾਜਾ ਹੋਣ ਦੇ ਲਈ ਬਾਈਬਲ 'ਚ ਲਿਖਿਆ ਕਿ ਪਰਮੇਸ਼ਰ ਨੇ ਆਖਿਆ ਕਿ ਤੂੰ ਜਾ ਤੇ ਅਮਾ ਲੇਕੀਆਂ ਨੂੰ ਖਤਮ ਕਰ ਦੇ ਉਹਨਾਂ ਦਾ ਕੋਈ ਵੀ ਚੀਜ਼ ਨਹੀਂ ਛੱਡਣੀ ਕੋਈ ਬੈਲ ਗਦਾ ਦੁੱਧ ਪੀਂਦੇ ਬੱਚੇ ਉਹਨਾਂ ਦੇ ਹਰ ਚੀਜ਼ ਤੂੰ ਉਹਨਾਂ ਨੂੰ ਉਹਨਾਂ ਨੂੰ ਫਿਨਿਸ਼ ਕਰ ਦੇ ਪਰ ਸ਼ੌਲ ਨੇ ਕੀ ਕੀਤਾ ਸ਼ੌਲ ਨੇ ਲੜਾਈ ਲਈ ਗਿਆ ਲੜਾਈ ਕੀਤੀ ਬਹੁਤ سارے ਲੋਕ ਮਾਰਤੇ ਸਭ ਕੁਝ ਮਾਰਤਾ ਚੰਗੀਆਂ ਚੰਗੀਆਂ ਪੇਡਾਂ ਬੈਲ ਗਦੇ ਇੱਕ ਉਹਨਾਂ ਆਪਣੇ ਰਾਜੇ ਨੂੰ ਜਿੰਦਾ ਫੜ ਕੇ ਲੈ ਗਿਆ ਤੇ ਪਰਮੇਸ਼ਰ ਨੇ ਇਸ ਗੱਲ ਦਾ ਗੁੱਸਾ ਕੀਤਾ ਪਰਮੇਸ਼ਰ ਨੇ ਕਿਹਾ ਕਿ ਮੈਂ ਤੈਨੂੰ ਕਿਹਾ ਸੀ ਕਿ ਅਮਾਂ ਲੇਕੀਆਂ ਨੂੰ ਨਾਸ਼ ਕਰ ਦੇ ਪਰ ਤੂੰ ਧਰਮੀ ਘਟ ਤੇ ਨਿਆਂ ਕਰਨ ਵਾਲਾ ਮੈਨੂੰ ਜਿਆਦਾ ਲੱਗਾ ਪਰਮੇਸ਼ਰ ਦੇ ਬਚਨ ਚ ਲਿਖਿਆ ਕਿ ਤੂੰ ਮੇਰੀਆਂ ਅਨ ਅਗਿਆ ਕਰ ਕੀਤੀ ਤੂੰ ਮੇਰੀ ਆਗਿਆ ਨੂੰ ਨਹੀਂ ਮੰਨਿਆ ਮੈਂ ਤੈਨੂੰ ਕਿਹਾ ਸੀ ਇਹਨਾਂ ਅਮਾਂ ਲੇਕੀਆਂ ਨੂੰ ਖਤਮ ਕਰ ਦੇ ਪਰਮੇਸ਼ਰ ਸਾਡੇ ਯੋਜਨਾ ਜਾਣਦਾ ਪਰਮੇਸ਼ਰ ਸਾਡੇ ਆਉਣ ਵਾਲੇ ਸਮੇਂ ਨੂੰ ਜਾਣਦਾ ਪਛੌਲ ਨੇ ਕੀ ਕੀਤਾ ਕੁਝ ਬੈਲ ਕੁਝ ਗਧੀਆਂ ਕੁਝ ਬੱਕਰੀਆਂ ਕੁਝ 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 ਚੀਜ਼ਾਂ ਔਰ ਇੱਕ ਰਾਜੇ ਨੂੰ ਜੀਵਤ ਫੜ ਕੇ ਲੈ ਗਿਆ ਪਰਮੇਸ਼ਰ ਨੇ ਕਹਾ ਕਿ ਤੂੰ ਨਹੀਂ ਚੰਗਾ ਕੀਤਾ ਮੈਂ ਤੁਹਾਨੂੰ ਕਿਹਾ ਸੀ ਕਿ ਖਤਮ ਕਰ ਪਰ ਤੂੰ ਖਤਮ ਨਹੀਂ ਕੀਤਾ ਤੋ ਇਹਨਾਂ ਨੂੰ ਜੀਵਤ ਫੜ ਕੇ ਮੇਰੇ ਕੋਲ ਲੈ ਕੇ ਆਇਆ ਸ਼ੌਲੇ ਕਿਹਾ ਕਿ ਮੈਂ ਸੋਚਿਆ ਕਿ ਮੈਂ ਜਾ ਕੇ ਤੁਹਾਨੂੰ ਵਲੀਆਂ ਚਰਾ ਸਕਾ ਕੁਰਬਾਨੀਆਂ ਕਰ ਸਕਾ ਪਰਮੇਸ਼ਰ ਨੇ ਕਿਹਾ ਮੈਨੂੰ ਤੇਰੀ ਕੁਰਬਾਨੀਆਂ ਦੀ ਲੋੜ ਨਹੀਂ ਆ ਮੈਂ ਚਾਹੁੰਦਾ ਸੀ ਕਿ ਤੂੰ ਮੇਰੇ ਹੁਕਮ ਨੂੰ ਮੰਨਦਾ ਮੈਂ ਚਾਹੁੰਦਾ ਸੀ ਕਿ ਤੂੰ ਮੇਰੀ ਆਗਿਆਕਾਰ ਬੰਦਾ ਆਗਿਆਕਾਰੀ ਚ ਰਹਿੰਦਾ ਪਰ ਤੂੰ ਮੇਰੀ ਆਨ ਆਗਿਆਕਾਰੀ ਕੀਤੀ ਹੈ ਪਰਮੇਸ਼ਰ ਕਹਿੰਦਾ ਮੈਨੂੰ ਤੁਹਾਡੀ ਪੈਸਿਆਂ ਦੀ ਲੋੜ ਨਹੀਂ ਮੈਨੂੰ ਤੁਹਾਡੇ ਸੋਨੇ ਚਾਂਦੀ ਦੀ ਲੋੜ ਨਹੀਂ ਮੈਨੂੰ ਤੁਹਾਡੀ ਹੋਮ ਬਲੀਆਂ ਦੀ ਲੋੜ ਨਹੀਂ ਮੈਨੂੰ ਤਾਂ ਨਹੀਂ ਕੁਰਬਾਨੀਆਂ ਦੀ ਲੋੜ ਨਹੀਂ ਆ ਕਿਸੇ ਬਲੀਦਾਨ ਦੀ ਲੋੜ ਨਹੀਂ ਆ ਪਰਮੇਸ਼ਰ ਸਿਰਫ ਤੁਹਾਡੇ ਕੋ ਟਾਈਮ ਮੰਗਦਾ ਪਰਮੇਸ਼ਰ ਨਹੀਂ ਚਾਹੁੰਦਾ ਕਿ ਤੁਸੀਂ ਦੁੱਖਾਂ ਵਿੱਚ ਗੁਜ਼ਰੋ ਬਿਮਾਰੀਆਂ ਵਿੱਚ ਗੁਜ਼ਰੋ ਨਸ਼ਿਆਂ ਵਿੱਚ ਗੁਜ਼ਰੋ ਹਾਲੇਲੂਇਆ ਪਰਮੇਸ਼ਰ ਤੁਹਾਡੇ ਕੋ ਕੀ ਮੰਗਦਾ ਸਮਾਂ ਟਾਈਮ ਕਿਉਂਕਿ ਪਰਮੇਸ਼ਰ ਨੇ ਤਾਂ ਆਪਣੇ ਸਰੂਪ ਨੂੰ ਸਰੂਪ ਤੇ ਬਣਾਇਆ ਆਪਣੇ ਸਾਹ ਜਿਹੜੇ ਪਰਮੇਸ਼ਰ ਨੇ ਸਾਨੂੰ ਦਿੱਤੇ ਆ ਪਰਮੇਸ਼ਰ ਚਾਹੁੰਦਾ ਕਿ ਮੈਂ ਤੁਹਾਡੇ ਨਾਲ ਗੱਲਬਾਤ ਕਰਾਂ ਲਿਖਿਆ ਬਾਈਬਲ ਕਹਿੰਦੀ ਹੈ ਕਿ ਸ਼ੌਲ ਆਪਣੇ ਆਪ ਨੂੰ ਜਿਆਦਾ ਧਰਮੀ ਸਾਬਤ ਕਰਨਾ ਚਾਹੁੰਦਾ ਸੀ ਤੇ ਬਾਈਬਲ ਚ ਲਿਖਿਆ ਕਿ ਉਹ ਮਾਰਿਆ ਗਿਆ ਹallelujah ਕਈ ਵਾਰੀ ਲੋਕਾਂ ਨੂੰ ਇਦਾਂ ਲੱਗਦਾ ਕਿ ਪਰਮੇਸ਼ਰ ਜਿਹੜਾ ਨਿਰਦਈ ਆ ਅਸੀਂ ਦਇਆਵਾਨ ਆ ਸ਼ੌਲ ਨੂੰ ਲੱਗਾ ਕਿ ਨਹੀਂ ਪਰਮੇਸ਼ਰ ਜਿਹੜਾ ਉਹ ਨਿਰਦਈ ਆ ਜਿਹੜਾ ਕਹਿੰਦਾ ਕਿ ਸਭ ਕੁਝ ਖਤਮ ਕਰ ਦੇ ਤੇ ਮੈਂ ਜਿਹੜਾ ਮੈਂ ਦਇਆਵਾਨ ਪਰਮੇਸ਼ਰ ਕਹਿੰਦਾ ਮੈਨੂੰ ਤੁਹਾਡੀ ਤੁਹਾਡੀ ਦਇਆ ਦੀ ਲੋੜ ਨਹੀਂ ਆ ਮੈਨੂੰ ਤੁਹਾਡੀ ਕਿਸੇ ਕਿਸੇ ਵੀ ਤੁਹਾਡੇ ਬਲੀਦਾਨ ਦੀ ਕਿਸੇ ਤੁਹਾਡੀ ਹੋਮ ਬਲੀ ਦੀ ਕਿਸੇ ਤੁਹਾਡੀ ਕੁਰਬਾਨੀ ਦੀ ਲੋੜ ਨਹੀਂ ਆ ਪਰਮੇਸ਼ਰ ਚਾਹੁੰਦਾ ਕਿ ਮੈਂ ਤੁਹਾਡੇ ਨਾਲ ਗੱਲਬਾਤ ਕਰਾਂ ਤੁਸੀਂ ਮੇਰੇ ਨਾਲ ਆਓ ਤੁਸੀਂ ਮੇ ਕੋਲ ਟਾਈਮ ਮੰਗੋ ਤੁਸੀਂ ਮੇ ਨਾਲ ਟਾਈਮ ਸਪੈਂਡ ਕਰੋ ਹallelujah ਜਦ ਤੱਕ ਅਸੀਂ ਪਰਮੇਸ਼ਰ ਦੇ ਕੋਲ ਨਹੀਂ ਜਾਂਦੇ ਅਸੀਂ ਪਾਪ ਸਾਫ ਹੋ ਕੇ ਤੋਬਾ ਕਰਕੇ ਪਰਮੇਸ਼ਰ ਦੇ ਅੱਗੇ ਨਹੀਂ ਜਾਂਦੇ ਅਸੀਂ ਇਸੇ ਤਰ੍ਹਾਂ ਪਾਪ ਦੇ ਵਿੱਚ ਰਵਾਂਗੇ ਇਸੇ ਤਰ੍ਹਾਂ ਸ਼ਰਾਪਾਂ 'ਚ ਰਵਾਂਗੇ ਇਸੇ ਤਰ੍ਹਾਂ ਬਿਮਾਰੀਆਂ 'ਚ ਰਵਾਂਗੇ ਅੱਜ ਬਿਮਾਰੀਆਂ ਕਿਉਂ ਨੇ ਆਣ ਆਗਿਆ ਕਰੀ ਅੱਜ ਪਾਪ ਕਿਉਂ ਵੱਧ ਰਿਹਾ ਆਣ ਆਗਿਆ ਕਰੀ ਅੱਜ ਨਸ਼ੇ ਕਿਉਂ ਨੇ ਘਰਾਂ 'ਚ ਆਣ ਆਗਿਆ ਕਰੀ ਤੁਸੀਂ ਨਸ਼ੇ ਵਾਲੇ ਘਰਾਂ 'ਚ ਵੇਖਿਆ ਹੋਵੇਗਾ ਜਿਹੜੇ ਲੋਕ ਨਸ਼ੇ ਕਰਦੇ ਨੇ ਪਰਮੇਸ਼ਰ ਤੋਂ ਦੂਰ ਨੇ ਨਾ ਤੇ ਉਹ ਆਪਣੇ ਪੁੱਤਰ 10 ਸਮਾਂ ਲੈ ਸਕਦੇ ਨਾ ਉਹ ਪੁੱਤਰ ਇੱਕ ਮਾਂ ਨੂੰ ਸਮਾਂ ਦੇ ਸਕਦਾ ਨਾ ਪਿਓ ਨੂੰ ਦੇ ਸਕਦਾ ਨਾ ਆਪਣੀ ਵਾਈਫ ਨੂੰ ਦੇ ਸਕਦਾ ਨਾ ਆਪਣੀ ਭੈਣ ਨੂੰ ਸਮਾਂ ਦੇ ਸਕਦਾ ਉਹਦੇ ਮਨ ਚ ਇੱਕ ਹੀ ਚੀਜ਼ ਚੱਲਦੀ ਰਹਿੰਦੀ ਆ ਕਿ ਮੇਰੀ ਨਸ਼ੇ ਦੀ ਤੋਰ ਦੇ ਵਿੱਚ ਮੈਨੂੰ ਕੋਈ ਵੀ ਚੀਜ਼ ਲੱਭੇ ਚਾਹੇ ਉਹ ਸਿਲੰਡਰ ਲੱਭੇ ਚਾਹੇ ਉਹ ਘਰ ਦੀ ਕੋਈ ਚੀਜ਼ ਲੱਭੇ ਤਾਂ ਕਿ ਮੈਨੂੰ ਵੇਚਾਂ ਤੇ ਮੈਂ ਨਸ਼ਾ ਕਰਾਂ ਹallelujah ਪਰਮੇਸ਼ਵਰ ਦੇ ਨਾਲ ਬੇਵਕ ਹੋਣ ਦੇ ਟਾਈਮ ਸਪੈਂਡ ਨਾ ਕਰਨ ਤੇ ਪਰਮੇਸ਼ਰ ਦੇ ਨਾਲ ਸਮਾਂ ਬਤੀਤ ਨਾ ਕਰਨ ਤੇ ਸ਼ੈਤਾਨ ਪਾਪ 'ਚ ਗिराਉਂਦਾ ਔਰ ਜਦੋਂ ਪਾਪ ਇੰਟਰ ਕਰਦਾ ਤੇ ਮੌਤ ਇੰਟਰ ਕਰਦੀ ਹੈ ਹਾਲੇਲੂਇਆ ਹਾਲੇਲੂਇਆ ਇਸ ਦਾ ਕੀ ਅਸੀਂ ਕੀ ਕਰਨਾ ਹੈ ਅਸੀਂ ਪਹਿਲਾ ਸਥਾਨ ਪਰਮੇਸ਼ਰ ਨੂੰ ਦੇਣਾ ਹੈ ਅਸੀਂ ਦੁਨੀਆ ਦੀਆਂ ਆਸ਼ੀਸ਼ਾਂ ਦੇ ਪਿੱਛੇ ਨਹੀਂ ਭੱਜਣਾ ਅਸੀਂ ਪਰਮੇਸ਼ਵਰ ਦੇ ਪਿੱਛੇ ਲੱਗਣਾ ਜਦ ਅਸੀਂ ਪਰਮੇਸ਼ਵਰ ਦੇ ਪਿੱਛੇ ਜਾਵਾਂਗੇ ਸਾਰੇ ਸੁੱਖ ਹਰ ਚੀਜ਼ ਤੁਹਾਡੇ ਪਿੱਛੇ ਆ ਜਾਏਗੀ ਹਾਲੇਲੂਇਆ ਹਾਲੇਲੂਇਆ ਤਾਰੀਫ ਕਰੋ ਖੁਦਾਬੰਦੇ ਬਚਨ ਦੇ ਲਈ ਥੈਂਕ ਯੂ ਜੀਸਸ ਬੋਲਦੇ ਹੋਏ ਸਮਾਂ ਪਹਿਲਾਂ ਹੀ ਬਹੁਤ ਜ਼ਿਆਦਾ ਹੋ ਚੁੱਕਿਆ ਹਰ ਮੈਂ ਜ਼ਿਆਦਾ ਸਮਾਂ ਨਹੀਂ ਲਾਵਾਂਗਾ ਅਗਲਾ ਵਚਨ ਤੁਹਾਨੂੰ ਪਰਮੇਸ਼ਰ ਦੀ ਦਾਸੀ ਸਿਰਫ 5-7 ਮਿੰਟ ਲਈ ਹੀ ਦੇਣਗੇ ਹallelujah 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 ਗੱਲ ਨਹੀਂ ਬਣੀ ਹallelujah ਤੁਸੀਂ ਅੱਜ ਵਚਨ ਦੇ ਦੁਆਰਾ ਜਾਣਿਆ ਕਿ ਜਦੋਂ ਅਸੀਂ ਪਾਪ ਕਰਦੇ ਹਾਂ ਤੇ ਸਾਡੇ ਅੰਦਰ ਮੌਤ ਐਂਟਰ ਹੁੰਦੀ ਆ ਮੌਤ ਮਤਲਬ ਮੌਤ ਐ ਨਹੀਂ ਸਰੀਰਿਕ ਬਿਮਾਰੀਆਂ ਕਰਜ ਲਚਾਰੀ ਗਰੀਬੀ ਸ਼ਰਮਿੰਦਗੀ ਆਦਰ ਨਾ ਮਿਲਣਾ ਬੜੀ ਮਿਹਨਤ ਕਰਦੇ ਆਂ ਕਹਿੰਦੇ ਬੱਚਾ ਬੜਾ ਪੜਿਆ ਲਿਖਿਆ ਜੀ ਫਿਰ ਵੀ ਉਹਦੀ ਇੱਜ਼ਤ ਨਹੀਂ ਘਰ ਵਿੱਚ ਫਿਰ ਵੀ ਰਿਸਪੈਕਟ ਨਹੀਂ ਹੈ ਕਿਉਂ ਕਿਉਂਕਿ ਪਾਪ ਜੀਵਨ ਦੇ ਵਿੱਚ ਹੈ ਪਾਪ ਹੋਵੇਗਾ ਕਦੀ ਵੱਧ ਫੁੱਲ ਨਹੀਂ ਸਕਦੇ ਪਵਿੱਤਰਤਾ ਹੀ ਹੋਏਗੀ ਤਸੀਂ ਵਧਾਂਗੇ ਫੁੱਲਾਂਗੇ ਸਾਨੂੰ ਕੋਈ ਰੋਕ ਨਹੀਂ ਸਕਦਾ ਹ Alleluia ਅਸੀਂ ਜਾਣਿਆ ਕਿ ਇੱਕ ਪਾਪ ਇੱਕ ਅਨਾਗਿਆਕਾਰੀ ਕਰਕੇ ਹਵਾ ਦੇ ਦੁਆਰਾ ਕਿਦਾਂ ਸਾਰੀ ਪ੍ਰਿਸ਼ਟੀ ਸ੍ਰਿਸ਼ਟੀ ਨੂੰ ਭੋਗਣਾ ਪਿਆ ਔਰ ਅੱਜ ਭੋਗ ਵੀ ਰਹੀ ਹੈ ਪਰ ਪ੍ਰਭੂ ਯਿਸੂ ਮਸੀਹ ਆਇਆ ਉਸਨੇ ਸ੍ਰਿਸ਼ਟੀ ਨੂੰ ਆਜ਼ਾਦ ਕਰ ਦਿੱਤਾ ਹਾਲੇਲੂਇਆ ਹਾਲੇਲੂਇਆ ਪਰ ਅੱਜ ਵੀ ਕੁਝ ਲੋਕ ਪ੍ਰਭੂ ਯਿਸੂ ਮਸੀਹ ਤੋਂ ਦੂਰ ਖੜੇ ਨੇ ਵਾਂਝੇ ਨੇ ਜਾਣਦੇ ਆ ਕਿ ਸਾਡਾ ਪਿਤਾ ਸਭ ਕੁਝ ਕਰਨ ਦੀ ਤਾਕਤ ਤੇ ਸਮਰਥ ਰੱਖਦਾ ਫਿਰ ਵੀ ਫਿਰ ਵੀ ਉਹ ਲੋਕ ਦੂਰ ਬੈਠੇ ਨੇ ਕਿਉਂ ਦੂਰ ਬੈਠੇ ਨੇ ਕਿਉਂਕਿ ਵਚਨਾਂ ਦੀ ਕਾਟ ਉਹਨਾਂ ਦੇ ਅੰਦਰ ਉਹਨਾਂ ਦੇ ਕੋਲ ਬਚਨ ਨਹੀਂ ਆ ਬਚਨ ਦੀ ਤਲਵਾਰ ਉਹਨਾਂ ਦੇ ਅੰਦਰ ਨਹੀਂ ਆ ਇੱਕ ਮਸੀਹ ਉਹਦੋਂ ਤੱਕ ਸੱਚਾ ਮਸੀਹ ਨਹੀਂ ਆ ਜਦ ਕੋਦੇ ਅੰਦਰ ਸੱਚਾਈ ਬਚਨਾਂ ਦੀ ਸੱਚਾਈ ਉਹਦੇ ਅੰਦਰ ਨਹੀਂ ਆ ਇੱਕ ਮਸੀਹ ਉਦੋਂ ਹੀ ਸੱਚਾ ਮਸੀਹ ਹੁੰਦਾ ਜਦੋਂ ਪਰਮੇਸ਼ਰ ਦੇ ਬਚਨ ਦੁਆਕੇ ਚੱਲਦਾ ਅੱਜ ਐਸੇ ਐਸੇ ਮਸੀਹ ਲੋਕਾਂ ਨੂੰ ਮੇਰਾ ਪਰਮੇਸ਼ਰ ਭਾਲਦਾ ਲੱਭਦਾ ਮੇਰਾ ਪਰਮੇਸ਼ਰ ਅੱਜ ਜਦ ਵੀ ਉਸ ਜਗ੍ਹਾ ਤੇ ਆ ਉਸ ਸਾਹਮਣੇ ਦੇ ਦੇਵੀ ਪਰਮੇਸ਼ਰ ਤੁਹਾਨੂੰ ਆਵਾਜ਼ਾਂ ਮਾਰਦਾ ਬੁਲਾਉਂਦਾ ਕਿ ਮੇਰੇ ਪਿਆ ਮੇਰੇ ਪੁੱਤਰ ਮੇਰੇ ਕੋਲ ਆ ਜਾਓ ਮੇਰੇ ਕੋਲ ਆਜੋ ਮੇਰੇ ਪਿਆ ਪੁੱਤਰ ਅੱਜ ਅਸੀਂ ਪ੍ਰਕਾਸ਼ ਦੀ ਮੋਤੀ ਜੀ ਨੂੰ ਜੀਵਨ ਦੀ ਜੀਵਨ ਦੀ ਕੀਰੇ ਆ ਲੋਕ ਅਜੀਬ ਲੋਕ ਅਜੀਬ ਅਜੀਬੀ ਲੋਕ ਚੱਲੀ ਮੈਂ ਜੱਟ ਇਹ ਕਰਕੇ ਥਾਕੀ ਮੈਂ ਉਹ ਕਰਕੇ ਥਾਕੀ ਮੇਰਾ ਪਤੀ ਨਹੀਂ ਬਦਲਦਾ ਕਿੱਦਾਂ ਬਦਲੂਗਾ ਕਿਉਂਕਿ ਵਚਨ ਅੰਦਰ ਨਹੀਂ ਆ ਵਚਨ ਸੁਣ ਤੇ ਲਿਆ ਪਰ ਜਾਂਦੇ ਜਾਂਦੇ ਹੀ ਵਚਨ ਸ਼ੈਤਾਨ ਨੇ ਉਡਾ ਦਿੱਤਾ ਫੜ ਕੇ ਨਹੀਂ ਰੱਖਿਆ ਇਨਸਾਨ ਨੇ ਵਚਨ ਨੂੰ ਮੌਤ ਬਿਮਾਰੀ ਕਾਸ ਤਕਲੀਫਾਂ ਲੜਾਈ ਝਗੜੇ ਘਰ 'ਚ ਸ਼ਾਂਤੀ ਨਹੀਂ ਘਰ 'ਚ ਆਰਾਮ ਨਹੀਂ ਪਹਿ ਹੈ ਇਦਾਂ ਹੁੰਦਾ ਇਦਾਂ ਚੱਲਿਆ ਜਾਂਦਾ ਇਹ ਸਿਰਫ ਕਿਦਾਂ ਵਚਨ ਦੇ ਟੁੱਟਾਂ ਦੇ ਨਾਲ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆਂ ਅਗਰ ਅਸੀਂ ਪ੍ਰੇਰਤੋਂ ਦੇ ਕੰਮ ਪੜਦੇ ਆਂ ਰਸੂਲਤ ਇਹ ਕਰਤਬ ਉਹਦੀ ਨੋ ਦੇ ਵਿੱਚ ਮੈਂ ਛੋੜ ਦੇ ਵਿੱਚ ਦੱਸਾਂਗੀ ਮੇਰੀਆਂ ਭੈਣੋ ਖਾਸ ਤੌਰ 'ਤੇ ਤੁਹਾਡੇ ਵਾਸਤੇ ਆ ਮੈਸੇਜ ਆ ਮੇਰੇ ਭੈਣੋ ਤੁਸੀਂ ਬਹੁਤ ਕੁਝ ਕਰ ਸਕਦੀਆਂ ਹੋ ਪਰਮੇਸ਼ਰ ਨੇ ਤੁਹਾਨੂੰ ਬਲ ਸ਼ਕਤੀ ਦਿੱਤੀ ਆ ਕਰਨ ਦੇ ਲਈ ਪਰ ਮੈਸਨ ਕ੍ਰੂਸ ਤੇ ਚੜ ਕੇ ਤੁਹਾਡੀ ਸ਼ਰਮਿੰਦਗੀ ਨੂੰ ਉਠਾ ਲਿਆ ਹੁਣ ਸਿਰਫ ਤੁਸੀਂ ਘਰ ਵਿੱਚ ਝਾੜੂ ਪੋਚਾ ਲਾਣ ਵਾਲੀਆਂ ਨਹੀਂ ਰਹੀਆਂ ਤੁਸੀਂ ਬਹੁਤ ਕੁਝ ਕਰਨ ਵਾਲੀਆਂ ਹੋ ਔਰ ਤੁਸੀਂ ਕਰ ਸਕਦੀ ਹੋ ਮਸੀਹ ਦੇ ਨਾਲ ਅਗਰ ਮਸੀਹ ਤੁਹਾਡੇ ਅੰਦਰ ਜਿੰਦਾ ਤਾਂ ਤੁਸੀਂ ਸਭ ਕੁਝ ਕਰ ਸਕਦੀ ਆਓ ਐਸੀ ਅਸੀਂ ਇੱਕ ਤਬੀਤਾ ਨਾਮ ਦੀ ਔਰਤ ਦੇ ਬਾਰੇ ਪੜ੍ਹਦੇ ਆਂ ਬਾਈਬਲ ਦੱਸਦੀ ਆ ਉਹ ਬੜੇ ਭਲੇ ਭਲੇ ਕੰਮ ਕਰਦੀ ਦਾਨ ਕਰਨ ਵਾਲੀ ਔਰਤ ਹੈ ਅੱਜ ਕੁਝ ਖੁੱਲ ਕੇ ਪਹਿਣਾ ਕਹਿਣ ਕਿਆ ਮੈਂ ਕਿੱਥੋਂ ਦਾਨ ਕਰ ਲੈਣਾ ਮੇਰਾ ਤਾਂ ਪਤੀ ਸ਼ਰਾਬੀ ਆ ਮੇਰੇ ਤਾਂ ਖਰਚਾ ਹੀ ਨਾ ਘਰ ਦਾ ਮਿਲਦਾ ਮੈਂ ਕਿੱਥੋਂ ਦਾਨ ਕਰ ਲੈਣਾ ਮੈਂ ਕਿੱਥੋਂ ਭਲੇ-ਭਲੇ ਕੰਮ ਕਰ ਲੈਣਾ ਬਾਈਬਲ ਦੱਸਦੀ ਆ ਇਹ ਇਸਤਰੀ ਕੱਪੜੇ ਸਿੰਦਾ ਕੰਮ ਕਰਦੀ ਸੀ ਕੱਪੜੇ ਸਿਲਦੀ ਸੀ ਭਲੇ-ਭਲੇ ਕੰਮ ਕਰਦੀ ਸੀ ਕੱਪੜੇ ਸਿੱਕੇ ਲੋਕਾਂ ਨੂੰ ਪਹਿਨਾ ਦਿੰਦੀ ਸੀ ਇਹ ਆ ਭਲੇ-ਭਲੇ ਕੰਮ ਉਹ ਕਿਰਸੀ ਨਹੀਂ ਸੀ ਕਰਦੀ ਚਲੇ ਚੋ ਟਾਂਗਾ ਲਾ ਲਣੀਆਂ ਟਾਂਗਾ ਨਹੀਂ ਸੀ ਲਾਂਦੀਓ ਉਹ ਪਲੇ ਪਲੇ ਕੰਮ ਕਰਨ ਵਾਲੀ ਔਸਤਰੀ ਸੀ ਬਾਈਬਲ ਦੱਸਦੀ ਹੈ ਇੱਕ ਦਿਨ ਬਿਮਾਰ ਪੜ ਜਾਂਦੀ ਹੈ ਮੋਤ ਹੋ ਜਾਂਦੀ ਹੈ ਉਹਦੀ ਤਾਂ ਪਰਮੇਸ਼ਰ ਦਾ ਦਾਸ ਪਤਰਸ ਆਂਦਾ ਪਤਰਸ ਨੂੰ ਸੰਦੇਸ਼ ਆ ਮਿਲਦਾ ਤੇ ਉਹਦੇ ਘਰ ਦੇ ਵਿੱਚ ਆਂਦਾ ਬੜਾ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਮੇਰੀ ਭੈਣੋ ਆਪਣੇ ਕੰਨ ਖੋਲ ਕੇ ਬੁੱਧੀ ਨੂੰ ਖੋਲ ਕੇ ਸਬਚਨ ਸੁਣਿਆ ਹੈ ਬਚਨ ਤੁਹਾਡੀ ਜ਼ਿੰਦਗੀ ਨੂੰ ਬਦਲਣ ਵਾਲਾ ਆਮੇਨ ਬੜੇ ਪਲੇ ਪਲੇ ਕੰਮ ਕਰਨ ਵਾਲੀ ਇਸਤਰੀ ਸਾਰਾ ਨਗਰ ਜਾਂਦਾ ਕਿ ਇਹ ਭੈਣ ਬੜੇ ਚੰਗੇ ਕੰਮ ਕਰਨ ਵਾਲੀ ਭਲਾਈ ਕੰਮ ਕਰਨ ਵਾਲੀ ਦਾਨ ਕਰਨ ਵਾਲੀ ਪੁੰਨ ਕਰਨ ਵਾਲੀ ਭੈਣ ਆ ਤੇ ਪਤਰ ਸੰਦਾ ਔਰ ਪਤਰ ਸੋਨ ਮੈਂ ਛੋਟ ਵਿੱਚ ਦੱਸਾਂਗੀ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਚੁੱਕਿਆ ਤੇ ਪਤਰ ਉਹਦੇ ਲਈ ਪ੍ਰਾਰਥਨਾ ਕਰਦਾ ਗੁੱਟਨੇ ਲਗਾ ਕੇ ਪ੍ਰਾਰਥਨਾ ਕਰਦਾ ਤੇ ਉਹ ਭੈਣ ਜਿੰਦੀ ਹੋ ਜਾਂਦੀ ਉਹ ਜਿੰਦੀ ਕਿੱਦਾਂ ਹੋ ਗਈ ਇਹ ਬਹੁਤ ਲੰਬੀ ਵਚਨ ਮੈਂ ਤੁਹਾਨੂੰ ਨਹੀਂ ਐਕਸਪਲੇਨ ਕਰ ਸਕਦੀ ਕਿਉਂਕਿ ਬਾਈਬਲ ਦਾ ਇੱਕ ਇੱਕ ਵਚਨ ਇੰਨਾ ਪਾਵਰਫੁਲ ਆ ਕਿ ਅਸੀਂ ਕੁਝ ਮਿੰਟਾਂ ਵਿੱਚ ਉਹਨੂੰ ਨਹੀਂ ਬਿਆਨ ਕਰ ਸਕਦੇ ਉਹ ਚੰਗੀ ਕਿਤਾ ਹੋਗੀ ਪਤਰਸ ਨਹੀਂ ਉਦਲੇਲ ਗੁਟਰੇ ਲਾ ਕੇ ਪ੍ਰਾਰਥਨਾ ਕਿਉਂ ਕੀਤੀ ਕਿਉਂ ਪਤਰਸ ਨੇ ਇਤਨੀ ਮਿਹਨਤ ਉਦਲੇਲ ਕੀਤੀ ਕਿਉਂਕਿ ਉਹ ਪਹਿਲੇ-ਪਹਿਲੇ ਕੰਮ ਕਰਨ ਵਾਲੀ ਔਰਤ ਸੀ ਉਹ ਦਾਨਪੂਰਨ ਕਰਨ ਵਾਲੀ ਔਰਤ ਸੀ ਉਹਦਾ ਕੈਰੈਕਟਰ ਬਿਲਕੁਲ ਪਾਕ ਸੀ ਪਰਮੇਸ਼ਰ ਦੇ ਸਾਹਮਣੇ ਹਮੇਸ਼ਾ ਪਰਮੇਸ਼ਰ ਦਾ ਡਰਤੇ ਪਹਿ ਮੰਨਣ ਵਾਲੀ ਇਸਤਰੀ ਸੀ ਗਰੀਬੀ ਦੇ ਵਿੱਚ ਵੀ ਖੁਸ਼ ਰਹਿਣ ਵਾਲੀ ਇਸਤਰੀ ਸੀ ਅੱਜ ਪੈਨ ਤਾਂ ਥੋੜੀ ਜਿਹੀ ਗਰੀਬੀ ਆ ਜਾਏ ਨਾ ਉਸੇ ਟਾਈਮ ਘਰ ਚ ਕਲੇਸ਼ ਪੈਣਾ ਸ਼ੁਰੂ ਹੋ ਜਾਂਦਾ ਤੂੰ ਮੇਰੇ ਲਈ ਕੀਤਾ ਕੀ ਆ ਹਸਬੰਦ ਨੂੰ ਬੋਲਦੀ ਤੂੰ ਮੇਰੇ ਲਈ ਕੀਤਾ ਕੀ ਆ ਕਿਹੜਾ ਸੁੱਖ ਦਿੱਤਾ ਤੂੰ ਮੈਨੂੰ ਥੋੜੀ ਜਿਹੀ ਗਰੀਬੀ ਤੇ ਵੱਡਾ ਬਵਾਲ ਕਰਦੇ ਵਿੱਚ ਇਸ ਪੈਨ ਤੇ ਵੀ ਗਰੀਬੀ ਸੀ ਪਰ ਬਵਾਲ ਨੇ ਖੜਾ ਕੀਤਾ ਖੁਦ ਮਿਹਨਤ ਕੀਤੀ ਔਰ ਮਿਹਨਤ ਦੇ ਵਿੱਚੋਂ ਹੀ ਪੋਣਾ ਸ਼ੁਰੂ ਕਰ ਦਿੱਤਾ ਪਲੇ ਪਲੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਇਸ ਲਈ ਪਰਮੇਸ਼ਰ ਨੇ ਫਿਰ ਉਹਨੂੰ ਯਾਦ ਕੀਤਾ ਇਸ ਲਈ ਪ੍ਰਭੂ ਨੇ ਕੀ ਕੀਤਾ ਉਹਨੂੰ ਯਾਦ ਕੀਤਾ ਤੇ ਆਪਣਾ ਦਾਸ ਉਹਦੇ ਘਰ ਵਿੱਚ ਭੇਜਿਆ ਉਸ ਦਾਸ ਦੇ ਦੁਆਰਾ ਉਹ छुड़ाएगी ਉਹਨੂੰ ਛੁਟਕਾਰਾ ਮਿਲਿਆ ਮੌਤ ਨੂੰ ਵੀ ਉਹਨਾਂ ਹਰਾ ਦਿੱਤਾ ਪਲੇ ਪਲੇ ਕੰਮ ਕਰਨ ਵਾਲੀ ਇਸਤਰੀ ਨੇ ਹallelujah ਤੁਹਾਡੇ ਪਲੇ ਕੰਮ ਤੁਹਾਡਾ ਅੱਛਾ ਕੈਰੈਕਟਰ ਪ੍ਰਭੂ ਦੇ ਨਾਲ ਅੱਛੀ ਵਫਾਦਾਰੀ ਪ੍ਰਭੂ ਦੇ ਨਾਲ ਇੱਕ ਰਿਸ਼ਤਾ ਬਣਾ ਕੇ ਰੱਖਣਾ ਪ੍ਰਭੂ ਦੇ ਨਾਲ ਇੱਕ ਟਾਈਮ ਸਮਾਂ ਗੁਜ਼ਾਰਨਾ ਤੁਹਾਡੇ ਹਾਰ ਪੰਦਰਾ ਨੂੰ ਤੋੜ ਦਿੰਦੀ ਆ ਮੌਤ ਨੂੰ ਤੋੜ ਦਿੱਤਾ ਕਿ ਨਹੀਂ ਨਹੀਂ ਜੇ ਕਿੰਤ ਕਾ ਜਾ ਕੇ ਬਾਈਬਲ ਪੜ ਲੈਣਾ ਤੁਹਾਨੂੰ ਪਤਾ ਲੱਗ ਜਾਏਗਾ ਉਹ ਇਸ ਤਰੀ ਕਿਦਾਂ ਦੀ ਸੀ ਗਰੀਬੀ ਉਹਦੇ ਕੋਲ ਉਹਦੇ ਉੱਪਰ ਵੀ ਸੀ ਉਹਦੇ ਘਰ ਦੀ ਪ੍ਰੋਬਲਮ ਸੀ ਉਹ ਵੀ ਟੈਨਸ਼ਨਾਂ ਵਿੱਚ ਸੀ ਪਰ ਪ੍ਰਭੂ ਨੂੰ ਕਦੀ ਨਹੀਂ त्यागਦੀ ਸੀ ਬਲਕਿ ਪ੍ਰਭੂ ਤੇ ਉਹ ਨਜ਼ਦੀਕ ਜਾਂਦੀ ਸੀ ਜਦੋਂ ਦੁੱਖ ਆਉਂਦਾ ਸੀ ਉਹ ਨਜ਼ਦੀਕ ਜਾਂਦੀ ਸੀ ਜਦੋਂ ਦੁੱਖ ਆਉਂਦਾ ਤੇ ਉਹ ਨਜ਼ਦੀਕ ਜਾਂਦੀ ਸੀ ਦੂਰ ਨਹੀਂ ਸੀ ਹੁੰਦੀ ਸੀ ਜਿੰਦਾ ਆਦੀ ਕਲਿਸਿਆ ਕਰਦੀ ਆ ਮੈਂ ਇਹਨੇ ਦਿਨ ਚਰਚਾ ਕਿਹਾ ਪ੍ਰਭੂ ਤੋਂ ਕੀਤਾ ਕੀ ਆ ਇੱਕ ਗਵਾਹੀ ਮਿਲੀ ਬਾਅਦ ਵਿੱਚ ਕੋਈ ਗਵਾਹੀ ਨਹੀਂ ਮਿਲੀ ਮੈਂ ਨਹੀਂ ਜਾਣਾ ਚਰਚ ਪ੍ਰਭੂ ਨਹੀਂ ਨਾਰਾਜ਼ ਹੋ ਜਾਂਦੇ ਉਹ ਬਾਦਸ਼ਾਹ ਦੇ ਬਾਸ਼ਾ ਨੰਨ ਨਾਰਾਜ਼ ਹੋ ਜਾਂਦੇ ਬਈ ਜਿਸ ਪਰਮੇਸ਼ਰ ਕਰਤੀ ਦੇ ਆਕਾਸ਼ ਨੂੰ ਬਣਾਇਆ ਉਸਨੂੰ ਨਾਰਾਜ਼ ਹੋ ਜਾਂਦੇ ਨਰਾਜ਼ਗੀ ਉਦੋਂ ਚੱਲ ਸਕਦੀ ਆ ਜਦਿੱ ਜਦੋਂ ਤੁਸੀਂ ਸਾਰੇ ਉਹਦੇ ਹੁਕਮਾਂ ਨੂੰ ਪੂਰਾ ਕਰਦੇ ਹੋ ਵੀ ਤੁਸੀਂ ਕੁਝ ਸਮੇਂ ਲਈ ਨਰਾਜ਼ ਵੀ ਹੋ ਸਕਦੇ ਹੋ ਕਿਉਂਕਿ ਇਹ ਮਾਂ ਬਾਪ ਦਾ ਇੱਕ ਤਿਆਂ ਪੁੱਤਰਾਂ ਦਾ ਰਿਸ਼ਤਾ ਜਿਹੜਾ ਆਪਣੇ ਪਰਮੇਸ਼ਰ ਦੇ ਨਾਲ ਜਿੱਦਾਂ ਦਾ ਹੁੰਦਾ ਉਦਾਂ ਦਾ ਇੱਕ ਰਿਸ਼ਤਾ ਬਣ ਜਾਂਦਾ ਸਾਡਾ ਜਿੱਦਾਂ ਅਸੀਂ ਕਦੀ ਕਦਾਰ ਸਾਡੇ ਬੱਚੇ ਸਾਡੇ ਨਾਲ ਨਰਾਜ਼ ਹੁੰਦੇ ਮਮੀ ਤੁਹਾਨੂੰ ਐ ਨਹੀਂ ਦਿੰਦੀ ਥੋੜੇ ਸਮੇਂ ਲਈ ਨਰਾਜ਼ ਹੋ ਜਾਂਦੇ ਫਿਰ ਮੇਰੇ ਕੋਲ ਆਉਂਦੇ ਔਰ ਮੈਂ ਵੀ ਉਹਨਾਂ ਦੇ ਕੋਲ ਜਾਂਦੀ ਐਸੀ ਤਰ੍ਹਾਂ ਜਿਹੜਾ ਵਫਾਦਾਰੀ ਨਾਲ ਚੱਲਦਾ ਉਹਦਾ ਰਿਸ਼ਤਾ ਪ੍ਰਭੂ ਦੇ ਨਾਲ ਇੱਟਾ ਦਾ ਪਰ ਪ੍ਰਭੂ ਨੇ ਕਦੀ ਮੇਨਾ ਨਹੀਂ ਦਿੰਦਾ ਕਿ ਪ੍ਰਭੂ ਤੂੰ ਮੇਰੇ ਜੀਵ ਤੇ ਕੀ ਕੀਤਾ ਕਿਉਂ ਨਹੀਂ ਆ ਮੈਨੂੰ ਕਿਉਂ ਨਹੀਂ छुड़ाया ਤੂੰ ਮੈਂਨੇ ਦਾਣੇ ਵੀ ਦਿੱਤੇ ਮੈਂ ਤੇਰੇ ਕਾਜ ਨਹੀਂ ਆਫਰਿੰਗ ਬੋਈ ਪ੍ਰਭੂ ਮੈਂ ਕੁਝ ਕੀਤਾ ਮੈਂ ਉਹ ਕੁਝ ਕੀਤਾ ਤੂੰ ਕੀਤਾ ਕਿਉਂ ਨਹੀਂ ਐਦਾਂ ਦੇ ਬੋਲਣ ਵਾਲੀ ਉਸ ਤਰੀ ਨਹੀਂ ਸੀ ਪਹਿਲਾ ਅਸੀਂ ਜਾਣਿਆ ਵਚਨ ਦੇ ਵਿੱਚ ਕਿ ਅਨਿਆਗਿਆਕਾਰੀ ਕਰਦੇ ਤਾਂ ਪਾਪ ਸਾਡੇ ਜੀਵਨ ਚ ਆਂਦਾ ਹੋਂਦੇ ਵਚਨ ਅਸੀਂ ਜਾਣਦੇ ਆ ਕਿ ਜਦੋਂ ਅਸੀਂ ਵਫਾਦਾਰੀ ਨਾਲ ਪ੍ਰਭੂ ਦੇ ਪਿੱਛੇ ਚੱਲਦੇ ਆ ਭਲੇ-ਭਲੇ ਕੰਮ ਕਰਦੇ ਆ ਆਪਣੇ ਦੁੱਖਾਂ ਦੇ ਵਿੱਚ ਵੀ ਅਸੀਂ ਪਰਮੇਸ਼ਰ ਨੂੰ ਨਹੀਂ ਤਿਆਗਦੇ ਆ ਤੇ ਛੋਟ-ਛੁਟਕਾਰਾ ਸਾਡੇ ਜੀਵਨ ਦੇ ਵਿੱਚ ਆਂਦਾ ਆਮੇਨ ਪ੍ਰਭੂ ਤੁਹਾਨੂੰ ਬਹੁਤ ਕੁਝ ਦੇਣਾ ਚਾਹੁੰਦਾ ਪਰ ਤੁਸੀਂ ਲੈ ਨਹੀਂ ਪਾਉਂਦੇ ਕਮੀਆਂ ਕਿਹច ਨੇ ਮੇਰੇ ਪ੍ਰਭੂ ਚ ਕੋਈ ਕਮੀ ਨਹੀਂ ਮੇਰੇ ਅੱਬਾ ਚ ਕੋਈ ਕਮੀ ਨਹੀਂ ਕਮੀਆਂ ਸਾਡੇ ਇਨਸਾਨਾਂ ਚ ਆ ਅਸੀਂ ਸੋਚ ਜਿਆਦਾ ਸੋਚ ਲੈਨੇ ਆ ਅਸੀਂ ਆਪਣੀਆਂ ਛਾਵਾਂ ਨੂੰ ਵੱਧ ਕਰ ਲੈਨੇ ਆ ਇੱਕ ਗੱਡੀ ਮਿਲੀ ਪ੍ਰਭੂ ਜੀ ਅਗਲੇ ਸਾਲ ਵੱਡੀ ਗੱਡੀ ਦੇ ਦਿਓ ਕਿਉਂ ਦੇਦੇ ਵੀ ਪ੍ਰਭੂ ਤੈਨੂੰ ਵੱਡੀ ਗੱਡੀ ਉੱਥੇ ਵੀ ਚਾਰ ਡਾਰਾਂ ਦੀ ਗੱਡੀ ਤੇ ਬੈ ਕੇ ਤੂੰ ਜਾਣਾ ਵੱਡੀ ਗੱਡੀ ਚ ਜਾਣਾ ਕਿਉਂ ਦੇਵੇ ਪ੍ਰਭੂ ਤੈਨੂੰ ਅਗਰ ਤਾਂ ਤੂੰ ਪ੍ਰਭੂ ਦੀ ਮਹਿਮਾ ਲਈ ਇਸਤੇਮਾਲ ਕਰਨੀ ਆ ਜਾਣਾ ਸੂ ਸਮਾਚਾਰ ਸੁਣਾਉਣ ਦੇ ਲਈ ਨਿਕਲਣਾ ਕਰੋ ਬਾਹਰ ਤੇ ਫਿਰ ਮੇਰਾ ਪਰਮੇਸ਼ੁਰ ਤੈਨੂੰ ਵੱਡੀ ਗੱਡੀ ਦੇਊਗਾ ਹallelujah ਹallelujah ਇਸਲੀ ਅਨਯਾਕਾਰੀ ਕਰੇ ਉਹਗੇ ਦੇ ਕਰਜ ਬਿਮਾਰੀਆਂ ਲਚਾਰੀਆਂ ਗਰੀਬੀ ਕਸ਼ਟ ਆਣਗੇ ਅਗਰ ਵਫਾਦਾਰੀ ਚਲਾਂਗੇ ਉਹੀ ਪਰਮੇਸ਼ਰ ਆਪਣਾ ਦੂਤ ਭੇਜੇਗਾ ਜਿਹਦਾ ਪਤਰਸ ਤਬੀਤਾਲੀ ਭੇਜਿਆ ਗਿਆ ਉਹਦਾ ਤੁਹਾਡੇ ਲਈ ਮੇਰਾ ਪਰਮੇਸ਼ਰ ਡਿਵਾਈਨ ਹੈਲਪਰ ਖੜਾ ਕਰ ਸਕਦਾ ਹallelujah ਪਰ ਉਹਦੇ ਲਈ ਕੀ ਆ ਵਫਾਦਾਰੀ ਚਾਹੀਦੀ ਆ ਭਲੇ ਕੰਮ ਚਾਹੀਦੀ ਆ ਕਿ ਉਹ ਪੈਣਾ ਵਿੱਚ ਕਿੱਥੇ ਜਿੱਥੇ ਦੋ ਭੈਣਾਂ ਜੁੜੀਆਂ ਤੂੰ ਤੂੰ ਮੈਂ ਮੈਂ ਮੇਰੀ ਸੱਸ ਇਦਾਂ ਦੀ ਆ ਮੇਰੀ ਜਠਾਣੀ ਇਦਾਂ ਦੀ ਆ ਮੇਰੀ ਦਰਾਣੀ ਇਦਾਂ ਦੀ ਆ ਫਿਰ ਕਹਿੰਦੀ ਆ ਬਰਕਤਾਂ ਨਹੀਂ ਮਿਲਦੀਆਂ ਬਰਕਤਾਂ ਮਿਲਣਗੀਆਂ ਮੇਰੀਆਂ ਭੈਣਾਂ ਜੇ ਮੈਨੂੰ ਮਿਲ ਸਕਦੀਆਂ ਤੁਹਾਨੂੰ ਵੀ ਮਿਲ ਸਕਦੀਆਂ ਅਗਰ ਤੁਸੀਂ ਮੇਰੇ ਜੀਵਨ ਵੱਲ ਚਾਤੀ ਮਾਰੋ ਮੇਰੀ ਗਵਾਹੀ ਵੱਲ ਚਾਤੀ ਮਾਰੋਗੇ ਤਾਂ ਤੁਹਾਡੇ ਨੂੰੇ ਕੰਡੇ ਖੜੇ ਹੋ ਜਾਣਗੇ ਮੈਂ ਇੱਥੇ ਆਂਦੇ ਲਾਇਕ ਨਹੀਂ ਸੀ ਮੇਰੇ ਜਿੱਨਾ ਕੋਈ ਗੁਨਾਹਗਾਰੀ ਮੇਰੇ ਜਿੱਨਾ ਕੋਈ ਪਾਪੀ ਨਹੀਂ ਸੀ ਪਰ ਉਹਨੇ ਮੈਨੂੰ ਚੁਣ ਲਿਆ ਪਹਿਲੀ ਵਾਰ 7 ਸਾਲ ਦੀ ਉਮਰ ਸੀ ਜਦੋਂ ਮੈਨੂੰ ਸੂਚ ਸਮਾਚਾਰ ਮਿਲਿਆ 7 ਸਾਲ ਦਾ ਬੱਚਾ ਔਰ ਕਾਰ ਵਿੱਚ ਪੰਪਲੇਟ ਲੈ ਕੇ ਖੁਦਾ ਦੇ ਦਾਸ ਆ ਰਹੇ ਹਨ ਔਰ ਘਰ ਦੇ ਜੀ ਵੱਡੇ ਨੂੰ ਝਿੜਕ ਰਹੇ ਨੇ ਡਾਂਟ ਰਹੇ ਨੇ ਤੂੰ ਕੋਣ ਆ ਗਿਆ ਆਇਆ ਵੱਡਾ ਸਾਈ ਸਾਡੇ ਘਰ ਚ ਪਾਜਾ ਦਿੱਤਾ ਗਾਲਾਂ ਕੱਢ ਗਏ ਔਰ ਮੈਂ ਛੱਤ 'ਸਾਦਾ ਬੱਚਾ ਟਿਊਸ਼ਨ ਪੜ੍ਹ ਰਿਆ ਸੀ ਔਰ ਮੈਂ ਵੇਖ ਰਹੀ ਪੌੜੀਆਂ ਤੇ ਬੈਠੇ ਕਿ ਇਹ ਕੋਣ ਗਿਆ ਵਾ ਮੈਨੂੰ ਕਾਹਲੀ ਪਵੇ ਮੈਂ ਜਾਵਾ ਉੱਡ ਕੇ ਔਰ ਪੁੱਛਾਂ ਕਿ ਅੰਕਲ ਜੀ ਤੁਹਾਡੇ ਕੋ ਕੀ ਆ ਮੈਨੂੰ ਦੇ ਦੋ ਜੋ ਤੁਹਾਡੇ ਕੋ ਹੈਗਾ ਮੇਰੀ ਮਾਂ ਦੀ ਹੈਬਟ ਸੀ ਘਰ ਵਿੱਚ ਕੋਈ ਵੀ ਆਂਦਾ ਉਹਨੂੰ ਖਾਲੀ ਹੱਥ ਨਹੀਂ ਤੋੜਦੀ ਸੀ ਉਹਦਾ ਵੈਲਕਮ ਕਰਦੀ ਸੀ ਮੈਂ ਟਿਊਸ਼ਨ ਤੋਂ ਦੂਬਰੋ ਦੇਖ ਰਹੀ ਔਰ ਜਦੋਂ ਮੈਂ ਵੇਖਿਆ ਮੈਂ ਤੋੜ ਕੇ ਗਈ ਮੇਰੇ ਆਪਣਿਆਂ ਨੂੰ ਸੁ ਸਮਝਾ ਸੁਣਾਉਣ ਵਾਲੇ ਸੇਵਕ ਸੰਤ ਨੂੰ ਕਰੋ ਬਾਹਰ ਕਰ ਦਿੱਤਾ ਡੰਡੇ ਲਾ ਕੇ ਤੇ ਮਗਰ ਚੜ ਗਏ ਪਰ ਮੈਂ ਕੋੜੀ ਨਾ ਚੜ ਕੇ ਦੇਖ ਰਹੀ ਆਂ ਇਹ ਸਾਡੇ ਘਰ ਵੀ ਇਹਨੇ ਜਾਣਾ ਮੇਰੀ ਮੰਮੀ ਕੀ ਕਰਦੀ ਆ ਪਰ ਮੇਰੀ ਮੰਮੀ ਨੇ ਕੀ ਕੀਤਾ ਉਸ ਕਿਤਾਬਾਂ ਨੂੰ ਲੈ ਕੇ ਬਾਈਬਲ ਨੂੰ ਲੈ ਕੇ ਸੁਸਮਚਾਤਾ ਸੰਦੇਸ਼ ਲੈ ਕੇ ਰੱਖ ਸੜਿਆ ਔਰ ਜਦ ਮੈਂ ਅੰਦਰ ਜਾਨੀ ਆ ਔਰ ਮੈਂ ਬੋਲਦੀ ਮੰਮੀ ਕੋਈ ਆਇਆ ਸੀ ਕਰਚ ਮੰਮੀ ਕਹਿੰਦੀ ਆਇਆ ਸੀ ਪਤਾ ਨਹੀਂ ਮੈਂ ਤੇ ਹਣ ਪੜਾ ਉਦੋਂ ਕਾਪੀਆਂ ਦੇ ਗਿਆ ਔਰ ਮੈਂ ਕਾਪੀਆਂ ਲਈਆਂ ਤੇ ਮੈਂ ਪੜਨਾ ਸ਼ੁਰੂ ਕੀਤਾ ਮੈਗਜ਼ੀਨ ਦੀ ਤਰ੍ਹਾਂ ਉਦੋਂ ਪਿਕਚਰਸ ਆਂਦੀ ਹੁੰਦੀਆਂ ਸੀ ਪਰਬੀ ਇਸ ਸਮੇਂ ਸਿੱਧੇ ਫੋੜੂ ਮੱਪਣ ਆਈ ਹੋਣੀਆ ਪੜਨਾ ਸ਼ੁਰੂ ਕੀਤਾ ਉਸ ਟਾਈਮ ਸਿਰਦਰਦ ਲੱਗਦੀ ਸੀ ਉਸ ਟਾਈਮ ਮਨ ਚੱਕਰ ਆਉਂਦਾ ਸੀ ਨਹੀਂ ਸਮਝ ਪਾਏ ਪਰ ਧੀਰੇ ਧੀਰੇ ਪ੍ਰਭੂ ਨੇ ਆਪਣੀ ਬੁਲਾਹਟ ਨੂੰ ਜ਼ਾਹਰ ਕੀਤਾ ਮੈਂ ਉਸ ਤੋਂ ਬਾਅਦ ਪਰਮੇਸ਼ਵਰ ਨੇ ਆਪਣੇ ਦਾਸ ਦੇ ਦੁਆਰਾ ਉਹਦੇ ਮੂੰਹ ਤੇ ਨਿਕਲੇ ਸ਼ਬਦਾਂ ਦੇ ਦੁਆਰਾ ਮੈਨੂੰ ਚੁਣ ਲਿਆ ਮੈਂ ਸੇਵਾ ਵਿੱਚ ਨਹੀਂ ਆਉਣਾ ਚਾਹੁੰਦੀ ਸੀ ਕਿਉਂਕਿ ਮੈਂ ਇੱਕ ਜੋਬ ਕਰਨ ਵਾਲੀ ਬੱਚਿਆਂ ਦੀ ਮਾਂ ਸੀ ਮੈਂ ਸੇਵਾ ਨਹੀਂ ਕਰਨਾ ਚਾਹੁੰਦੀ ਸੀ ਪਰ ਕਹਿੰਦੇ ਨੇ ਖੁਦਾਬੰਦ ਨੇ ਜਿਹਨੂੰ ਚੁਣਿਆ ਉਹਨੂੰ ਸਾਹਮਣੇ ਲੈ ਕੇ ਆ ਹੀ ਜਾਂਦਾ ਹallelujah ਇਸ ਲਈ ਮੇਰੇ ਪਿਆਰੋ ਤੁਸੀਂ ਬਹੁਤ ਕੁਝ ਕਰ ਸਕਦੀਆਂ ਤੁਹਾਡੇ ਅੰਦਰ ਉਹ ਬਲ ਹੈ ਸ਼ਕਤੀ ਹੈ ਮੇਰੇ ਪ੍ਰਭੂ ਯਿਸੂ ਮਸੀਹ ਦੀ ਜਿਹੜਾ ਮੈਨੂੰ ਖੜਾ ਕਰ ਸਕਦਾ ਉਹ ਤੁਹਾਨੂੰ ਵੀ ਖੜਾ ਕਰ ਸਕਦਾ ਹallelujah ਮੇਰਾ ਵਿਸ਼ਵਾਸ ਹੈ ਇਹਨਾਂ ਬਚਨਾਂ ਦੇ ਦੁਆਰਾ ਤੁਸੀਂ ਬੜੀ ਆਸ਼ੀਸ਼ ਤੇ ਬਰਕਤ ਲੈ ਚੁੱਕੇ ਹੋ ਆਮੇਨ ਹallelujah ਤਾਰੀਫ ਕਰੋ